ਜਲੰਧਰ ਜ਼ਿਲ੍ਹੇ ਦੇ ਆਦਮਪੁਰ ਬਲਾਕ ਦਾ ਇਹ ਛੋਟਾ ਜਿਹਾ ਪਿੰਡ ਦੂੜੇ ਅਲਾਵਲਪੁਰ ਤੋਂ 3 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਹੀ ਪਿੰਡ ਦੀਆਂ ਵਿਸ਼ੇਸ਼ਤਾਈਆਂ ਆਪ ਬੋਲਣ ਲੱਗ ਪੈਂਦੀਆਂ ਨੇ। ਹਰੇ ਭਰੇ ਵਾਤਾਵਰਣ, ਅੰਡਰਗਰਾਊਂਡ ਸੀਵਰੇਜ, ਸੂਰਜੀ ਊਰਜਾ ਨਾਲ ਜਗਣ ਵਾਲੀਆਂ ਲਾਈਟਾਂ ਨਾਲ ਸਜੀਆਂ ਹੋਈਆਂ ਕੰਕਰੀਟ ਦੀਆਂ ਸੜਕਾਂ ਅਤੇ ਸਾਫ ਸੁਥਰੀਆਂ ਗਲੀਆਂ ਵਾਲੀ ਅਦਭੁਤ ਯੋਜਨਾਬੰਦੀ ਇਸ ਪਿੰਡ ਵਿੱਚ ਆਉਣ ਵਾਲੇ ਹਰ ਵਿਅਕਤੀ ਦੇ ਮਨ ਵਿੱਚ ਇੱਕ ਸਵਾਲ ਖੜਾ ਕਰਦੀ ਹੈ। ਉਹ ਕੌਣ ਵਿਅਕਤੀ ਹੋਏਗਾ ਜਿਸ ਦੀ ਸੋਚ ਨੇ ਅਜਿਹੀ ਸਥਿਤੀ ਨੂੰ ਸਾਕਾਰ ਕੀਤਾ ਹੋਏਗਾ? ਨਿਸੰਦੇਹ ਇਹ ਵਿਅਕਤੀ ਹੈ ਸੁਰਜੀਤ ਸਿੰਘ ਦੂੜੇ। ਸੁਰਜੀਤ ਸਿੰਘ ਦੂੜੇ ਇੱਕ ਅਜਿਹੇ ਬੇਮਿਸਾਲ ਕਰਮਯੋਗੀ ਦਾ ਨਾਂ ਹੈ ਜਿਸ ਨੇ ਲੋਕ ਭਲਾਈ, ਸਮਾਜਿਕ ਤਰੱਕੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਉਹਨਾਂ ਬੁਲੰਦੀਆਂ ਨੂੰ ਛੂਹਿਆ ਜਿਨ੍ਹਾਂ ਤੱਕ ਪਹੁੰਚਣਾ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਜਾ ਸਕਦਾ। ਸੇਵਾ, ਦਇਆ ਅਤੇ ਦ੍ਰਿੜਤਾ ਦੀ ਇਹ ਤ੍ਰਿਵੇਣੀ ਪੰਜਾਬੀ ਸਮਾਜ, ਸੱਭਿਆਚਾਰ ਅਤੇ ਸੁਚੱਜੇ ਪ੍ਰਬੰਧ ਸ਼ਾਸਤਰ ਪ੍ਰਤੀ ਪੂਰੀ ਵਫਾਦਾਰੀ ਨਾਲ ਵਚਨਬੱਧ ਹੈ। ਕਰ ਅਤੇ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੱਕ ਪਹੁੰਚ ਕੇ ਆਪਣੀ ਪ੍ਰਸ਼ਾਸਕੀ ਕਲਾ ਕੌਸ਼ਲਤਾ ਦਾ ਲੋਹਾ ਮਨਵਾਉਣ ਵਾਲੀ ਇਹ ਸ਼ਖਸੀਅਤ ਪਿੰਡ ਦੂੜੇ ਵਿੱਚ ਪਿਤਾ ਸਰਦਾਰ ਵਤਨ ਸਿੰਘ ਅਤੇ ਮਾਤਾ ਸਰਦਾਰਨੀ ਪੂਰਨ ਕੌਰ ਦੇ ਘਰ ਜਨਮੀ ਅਤੇ ਸਧਾਰਨ ਸਕੂਲਾਂ ਕਾਲਜਾਂ ਵਿੱਚ ਹੀ ਸਿੱਖਿਆ ਪ੍ਰਾਪਤ ਕਰਕੇ ਅਸਾਧਾਰਨ ਚੋਟੀਆਂ ਤੱਕ ਪਹੁੰਚੀ। ਉਹਨਾਂ ਨੇ ਸਿੱਖ ਨੈਸ਼ਨਲ ਹਾਈ ਸਕੂਲ ਦੌਲੀਕੇ ਦੂੜੇ, ਜੋ ਹੁਣ ਸਰਕਾਰੀ ਸਕੂਲ ਹੈ, ਤੋਂ 10ਵੀਂ ਪਾਸ ਕੀਤੀ। ਦੁਆਬਾ ਕਾਲਜ ਜਲੰਧਰ ਤੋਂ BA ਅਤੇ MA ਇਕਨੋਮਿਕਸ ਕਰਨ ਉਪਰੰਤ ਪ੍ਰਸ਼ਾਸਨਿਕ ਸੇਵਾ ਵਿੱਚ ਪੈਰ ਰੱਖਿਆ। ਉਹ ਅਜਿਹੇ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ 2 ਵਾਰ ਸਟੇਟ ਅਵਾਰਡ ਪ੍ਰਾਪਤ ਹੋਇਆ। ਪਹਿਲੀ ਵਾਰ ਪ੍ਰਸ਼ਾਸਨਿਕ ਸੇਵਾਵਾਂ ਕਰਕੇ ਅਤੇ ਦੂਸਰੀ ਵਾਰ ਸਮਾਜ ਸੇਵਾ ਵਿੱਚ ਅਦੁੱਤੀ ਯੋਗਦਾਨ ਪਾਉਣ ਸਦਕਾ। ਇਸ ਤੋਂ ਬਿਨਾਂ ਕਰ ਅਤੇ ਆਬਕਾਰੀ ਵਿਭਾਗ ਵਿੱਚ ਚੰਗੇ ਪ੍ਰਸ਼ਾਸਨਿਕ ਕਾਰਜਾਂ ਲਈ ਉਹਨਾਂ ਨੂੰ ਕਈ ਵਾਰ ਐਪਰੀਸੀਏਸ਼ਨ ਪੱਤਰ ਵੀ ਮਿਲ ਚੁੱਕੇ ਨੇ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਵੀ ਉਹਨਾਂ ਨੂੰ ਸਮਾਜਿਕ ਕਾਰਜਾਂ ਕਰਕੇ ਕਈ ਵਾਰ ਸਨਮਾਨ ਦਿੱਤਾ ਗਿਆ। ਜਿਨ੍ਹਾਂ ਸਕੂਲਾਂ ਕਾਲਜਾਂ ਵਿੱਚ ਉਹ ਪੜ੍ਹੇ ਉਹਨਾਂ ਨੂੰ ਕਦੇ ਨਾ ਭੁੱਲੇ ਅਤੇ ਉਹਨਾਂ ਸੰਸਥਾਵਾਂ ਨੇ ਵੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ। ਸਰਕਾਰੀ ਸਕੂਲ ਦੌਲੀਕੇ ਦੂੜੇ ਵਿੱਚ ਉਹਨਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜਰਸੀਆਂ ਅਤੇ ਟਰੈਕ ਸੂਟ ਸਮੇਂ ਸਮੇਂ 'ਤੇ ਵੰਡੇ। ਫਰਨੀਚਰ, ਪੱਖੇ ਅਤੇ ਸਬਮਰਜ਼ੀਬਲ ਪੰਪ ਤੱਕ ਦਾਨ ਕੀਤੇ ਅਤੇ ਸਾਰੇ ਸਕੂਲ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ। ਸਿੱਖਿਆ ਅਤੇ ਖੇਡਾਂ ਦੀ ਬਿਹਤਰੀ ਲਈ ਯਤਨਸ਼ੀਲ ਰਹਿਣਾ ਅਤੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਿਲ ਦੇਣਾ ਉਹਨਾਂ ਦਾ ਸੁਭਾਅ ਹੈ। ਉਹਨਾਂ ਦੇ ਵਿਅਕਤਿਤਵ ਦੀ ਉਸਾਰੀ ਵਿੱਚ ਉਹਨਾਂ ਦੇ ਬਚਪਨ ਦੇ ਸ਼ੌਕ ਸਹਾਈ ਹੋਏ ਨੇ। ਪੜ੍ਹਨ ਵੇਲੇ ਤੋਂ ਹੀ ਉਹ NCC ਅਤੇ ਅਥਲੈਟਿਕਸ ਵਿੱਚ ਵਿਸ਼ੇਸ਼ ਰੁਚੀ ਰੱਖਦੇ ਸਨ। ਵਾਲੀਬਾਲ ਦੀ ਟੀਮ ਦੇ ਕਪਤਾਨ ਰਹੇ ਸੁਰਜੀਤ ਸਿੰਘ ਦੂੜੇ ਅਥਲੈਟਿਕਸ ਵਿੱਚ ਜ਼ਿਲ੍ਹੇ ਭਰ ਵਿੱਚ ਦੂਜੇ ਸਥਾਨ ਉੱਤੇ ਆਏ ਸਨ। ਵਿੱਦਿਅਕ ਦਰਬਾਰਾਂ ਅਤੇ ਨਾਟਕਾਂ ਵਿੱਚ ਹਿੱਸਾ ਲੈਣ ਵਾਲੇ ਸੁਰਜੀਤ ਸਿੰਘ ਦੂੜੇ ਅੱਗੇ ਜਾ ਕੇ ਸਮਾਜਿਕ ਸੰਸਥਾਵਾਂ ਦੇ ਹਰਮਨ ਪਿਆਰੇ ਬਣ ਗਏ। ਸਪੋਰਟਸ ਕਲੱਬ ਦੂੜੇ, ਸਪੋਰਟਸ ਕਲੱਬ ਚੱਕ ਕਲਾਂ, ਰਾਮਗੜੀਆ ਕਾਲਜ ਫਗਵਾੜਾ ਦੇ ਸਮਾਗਮਾਂ ਵਿੱਚ ਅਤੇ ਸ਼੍ਰੀ ਗੁਰੂ ਰਵਿਦਾਸ ਪੁਰਬ ਮੌਕੇ ਡਾਕਟਰ BR ਅੰਬੇਦਕਰ ਮੈਡੀਕਲ ਕੈਂਪ ਵੇਲੇ ਹੋਏ ਸਮਾਗਮਾਂ ਸਮੇਤ ਅਨੇਕਾਂ ਮੌਕਿਆਂ ਉੱਤੇ ਵੱਖ ਵੱਖ ਸੰਸਥਾਵਾਂ ਨੇ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ। ਚਮਤਕਾਰੀ ਸੋਚ, ਸੱਚਾਈ ਅਤੇ ਸਨੇਹ ਨਾਲ ਭਰੀ ਹੋਈ ਇਹ ਸ਼ਖਸੀਅਤ ਜਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਪਣੀਆਂ ਮੁਸ਼ਕਿਲਾਂ ਮੰਨ ਕੇ ਉਹਨਾਂ ਦੇ ਦੁੱਖ ਸੁੱਖ ਦੀ ਭਾਈਵਾਲ ਬਣ ਕੇ ਉਹਨਾਂ ਵਿੱਚ ਵਿਚਰਦੀ ਹੈ ਤਾਂ ਆਪਣੀ ਮਿੱਟੀ ਦੀ ਮਹੱਤਤਾ ਨਾਲ ਇੱਕਮਿੱਕ ਹੋ ਕੇ ਚੌਗਿਰਦੇ ਵਿੱਚ ਅਜਿਹੀ ਮਹਿਕ ਬਿਖੇਰ ਦਿੰਦੀ ਹੈ ਕਿ ਹਰ ਕੋਈ ਆਪਣਾ ਤਨ ਨਾਲ ਭਰ ਜਾਂਦਾ ਹੈ। ਪੈਸਾ ਹੀ ਬਹੁਤ ਵੱਡੀ ਚੀਜ਼ ਨਹੀਂ ਹੁੰਦਾ, ਹਿੰਮਤ ਇੱਕ ਵੱਡੀ ਚੀਜ਼ ਹੈ। ਜੋ ਸਰਦਾਰ ਸੁਰਜੀਤ ਸਿੰਘ ਜੀ ਨੇ ਹਿੰਮਤ ਦਿਖਾਈ ਹੈ, ਯੋਜਨਾ ਬਣਾਈ ਹੈ ਅਤੇ ਉਸ ਯੋਜਨਾ ਨੂੰ ਲਾਗੂ ਕਰਕੇ ਦਿਖਾਇਆ ਹੈ, ਇਸ ਦੇ ਕਾਰਨ ਹੀ ਪਿੰਡ ਜਿਹੜਾ ਇੱਕ ਵਧੀਆ ਪਿੰਡ ਬਣ ਚੁੱਕਾ ਹੈ।
ਸੁਰਜੀਤ ਸਿੰਘ ਦੂੜਾ ਜੀ ਨੇ ਕੁਛ ਸਾਲਾਂ ਤੋਂ ਬਹੁਤ ਤਰੱਕੀ ਕੀਤੀ ਆ, ਬਹੁਤ ਆਪਣੇ ਵਿਕਾਸ ਦਾ ਕੰਮ ਕੀਤਾ, ਜਿਹਦੇ ਵਿੱਚ ਸਾਰੀਆਂ ਗਲੀਆਂ ਸਾਰੇ ਰਸਤੇ ਕੰਕਰੀਟ ਨਾਲ ਪੱਕੇ ਕੀਤੇ ਆ, ਅਤੇ ਨਾਲੇ ਪਾਣੀ ਦੀ ਨਿਕਾਸੀ ਵਾਸਤੇ ਨਾਲੇ ਬਣਾਏ ਗਏ ਆ, ਪਾਰਕ ਬਣਾਏ ਗਏ ਆ। ਖਾਸ ਕਰਕੇ ਅਸੀਂ ਬੜੇ ਧੰਨਵਾਦੀ ਹਾਂ ਵੀ ਇਹਨਾਂ ਨੇ ਇੱਕ ਲੇਡੀਜ਼ ਪਾਰਕ ਵੀ ਬਣਾਇਆ। ਮੇਰਾ ਨਾਮ ਸੰਦੀਪ ਕੌਰ ਹੈ, ਮੈਂ ਇਸ ਪਿੰਡ ਦੀ ਰਹਿਣ ਵਾਲੀ ਹਾਂ। ਇਸ ਪਿੰਡ 'ਚ ਪਾਰਕ ਹੁਣੇ ਬਣਾਇਆ ਗਿਆ ਹੈ ਔਰਤਾਂ ਵਾਸਤੇ ਔਰ ਕੁੜੀਆਂ ਵਾਸਤੇ, ਕਿਉਂਕਿ ਕੁੜੀਆਂ ਨੂੰ ਅੱਗੇ ਇੰਨਾ ਮੌਕਾ ਨਹੀਂ ਸੀ ਮਿਲਦਾ ਕਿ ਉਹ ਘਰ ਤੋਂ ਬਾਹਰ ਜਾ ਕੇ ਕਿਤੇ ਚੰਗੀ ਜਿਹੀ ਜਗ੍ਹਾ 'ਤੇ ਬੈਠ ਸਕਣ, ਆਪਸ ਵਿੱਚ ਗੱਲਾਂ ਬਾਤਾਂ ਕਰ ਸਕਣ ਔਰ ਆਪਣੀਆਂ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਸੋਲਵ ਕਰ ਸਕਣ। ਇੱਥੇ ਬਾਕੀ ਕੁੜੀਆਂ ਲਈ ਵੀ ਬਹੁਤ ਵਧੀਆ, ਕਿਉਂਕਿ ਕੁੜੀਆਂ ਘਰ 'ਚ ਬੈਠ ਕੇ ਕਈ ਵਾਰੀ ਘਰ ਦਾ ਮਾਹੌਲ ਜਿਹੜਾ ਇੰਨਾ ਰੌਲੇ ਰੱਪੇ ਵਾਲਾ ਹੁੰਦਾ ਨਹੀਂ ਪੜ੍ਹ ਸਕਦੀਆਂ, ਇੱਥੇ ਆ ਕੇ ਉਹ ਸ਼ਾਂਤ ਵਾਤਾਵਰਣ ਵਿੱਚ ਬੈਠ ਕੇ ਆਪਣਾ ਹਰ ਕੋਈ ਕੰਮ ਕਰ ਸਕਦੀਆਂ, ਭਾਵੇਂ ਉਹ ਪੜ੍ਹਾਈ ਹੈ ਭਾਵੇਂ ਉਹ ਸਿਲਾਈ ਕਢਾਈ ਜੋ ਵੀ। ਸਮਾਜ ਸੇਵਾ ਕਾਰਜਾਂ ਦੀ ਅਗਵਾਈ ਕਰਨ ਦੀ ਗੁੜਤੀ ਉਹਨਾਂ ਨੂੰ ਚੜ੍ਹਦੀ ਉਮਰੇ ਹੀ ਮਿਲ ਗਈ ਸੀ, ਜਦੋਂ ਉਹ ਆਪਣੇ ਪਿੰਡ ਦੂੜੇ ਦੇ ਸਭ ਤੋਂ ਨੌਜਵਾਨ ਪੰਚ ਚੁਣੇ ਗਏ। ਉਦੋਂ BA ਦੇ ਵਿਦਿਆਰਥੀ ਹੀ ਸਨ। ਪੰਚ ਹੁੰਦਿਆਂ ਹੀ ਉਹਨਾਂ ਨੇ ਆਪਣੇ ਪਿੰਡ ਦੇ ਬਾਰ ਬਾਰ ਡਾਕਟਰ ਅੰਬੇਦਕਰ ਕਲੋਨੀ ਵਸਾ ਕੇ ਆਪਣੀ ਕਾਰਜ ਕੁਸ਼ਲਤਾ ਦੀਆਂ ਯੋਗਤਾਵਾਂ ਦਾ ਝਲਕਾਰਾ ਦਿੱਤਾ ਸੀ। ਇਹਨਾਂ ਦਿਨਾਂ ਵਿੱਚ ਹੀ ਸੰਨ 1969 ਤੋਂ 1972 ਵਿੱਚ ਉਹਨਾਂ ਦੁਆਬਾ ਕਾਲਜ ਜਲੰਧਰ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਐਸੋਸੀਏਸ਼ਨ ਬਣਾਈ ਅਤੇ ਉਸ ਦੇ ਪਹਿਲੇ ਪ੍ਰਧਾਨ ਚੁਣੇ ਗਏ। ਸਾਲ 1972-73 ਵਿੱਚ ਉਹ ਕਾਲਜ ਦੇ ਬੈਸਟ ਡਿਬੇਟਰ ਚੁਣੇ ਗਏ। ਸਭ ਤੋਂ ਪਹਿਲਾਂ ਉਹਨਾਂ ਨੇ ਆਰਥਿਕ ਅਤੇ ਅੰਕੜਾ ਵਿਭਾਗ ਵਿੱਚ ਤਕਨੀਕੀ ਸਹਾਇਕ ਵਜੋਂ ਨੌਕਰੀ ਕੀਤੀ, ਫਿਰ ਪ੍ਰਸ਼ਾਸਨਿਕ ਸੇਵਾ ਵਿੱਚ ਆ ਕੇ ਉਹਨਾਂ ਨੇ ਨਾ ਸਿਰਫ ਆਪਣੀਆਂ ਪ੍ਰਸ਼ਾਸਕੀ ਯੋਗਤਾ ਰਾਹੀਂ ਸਰਕਾਰੀ ਕੰਮਕਾਜ ਨੂੰ ਸੁਚੱਜੀਆਂ ਲੀਹਾਂ ਉੱਤੇ ਤੋਰਿਆ, ਸਗੋਂ ਸਰਕਾਰੀ ਅਧਿਕਾਰੀਆਂ ਦੀਆਂ ਜਥੇਬੰਦੀਆਂ ਦੀ ਅਗਵਾਈ ਵੀ ਕੀਤੀ। ਇਹ 1976 ਵਿੱਚ PCS ਅਤੇ ਅਲਾਇਡ ਸਰਵਿਸਿਜ਼ ਅਧਿਕਾਰੀ ਸਨ ਅਤੇ ਉਹਨਾਂ ਨੂੰ ਕਰ ਅਤੇ ਆਬਕਾਰੀ ਵਿਭਾਗ ਮਿਲਿਆ। ਪਹਿਲਾਂ ਉਹ SC BC ਇੰਪਲੋਈਜ਼ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਹੇ ਅਤੇ ਸਾਲ 1985 ਤੋਂ 1999 ਤੱਕ ਉਹ ਗਜ਼ਟਿਡ ਆਫਿਸਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ 2001 ਤੋਂ 2006 ਤੱਕ ਵਾਈਸ ਪ੍ਰਧਾਨ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ। ਪ੍ਰਸ਼ਾਸਨਿਕ, ਜਥੇਬੰਦਕ ਅਤੇ ਸਮਾਜ ਸੇਵੀ ਕੁਸ਼ਲਤਾਵਾਂ ਦੇ ਨਾਲ ਨਾਲ ਉਹਨਾਂ ਦੀ ਲਿਖਣ ਯੋਗਤਾ ਵੀ ਕਮਾਲ ਦੀ ਹੈ। ਸਰਕਾਰ ਵੱਲੋਂ ਸਾਲ 2005 ਵਿੱਚ ਸ਼ੁਰੂ ਕੀਤੇ ਗਏ ਵੈਲਿਊ ਐਡਿਡ ਟੈਕਸ ਭਾਵ ਵੈਟ ਦੀਆਂ ਬਰੀਕੀਆਂ ਨੂੰ ਸਮਾਜ ਅਤੇ ਕਾਰੋਬਾਰੀਆਂ ਨੂੰ ਸਮਝਾਉਣ ਲਈ ਉਹਨਾਂ ਵੱਲੋਂ ਲਿਖੀ ਗਈ ਵੈਟ ਕਾਨੂੰਨ ਅਤੇ ਅਸੀਂ ਇੱਕ ਅਜਿਹੀ ਮੁੱਲਵਾਨ ਕਿਤਾਬ ਹੈ ਜੋ ਵਕੀਲਾਂ, ਅਧਿਕਾਰੀਆਂ ਅਤੇ ਵਪਾਰੀਆਂ ਦੇ ਨਾਲ ਨਾਲ ਆਮ ਜਨਤਾ ਲਈ ਵੀ ਟੈਕਸ ਦਾ ਤਾਣਾ ਬਾਣਾ ਸਮਝਣ ਵਿੱਚ ਕਾਫੀ ਸਹਾਈ ਹੁੰਦੀ ਹੈ। ਇਸੇ ਤਰ੍ਹਾਂ ਇਹਨਾਂ ਦੀ ਇੱਕ ਹੋਰ ਪੁਸਤਕ ਸੇਲਸ ਟੈਕਸ ਆਫ ਲਾਅ ਪੈਨਲਟੀ ਐਂਡ ਇੰਸਪੈਕਸ਼ਨ ਆਫ ਗੁੱਡਸ ਇਨ ਟ੍ਰਾਂਜ਼ਿਟ 1995 ਵਿੱਚ ਛਪੀ ਸੀ, ਜਿਸ ਨੇ ਸੇਲ ਟੈਕਸ ਦੀਆਂ ਗੁੰਝਲਾਂ ਨੂੰ ਸਪਸ਼ਟ ਕਰਨ ਵਿੱਚ ਵੱਡਾ ਹਿੱਸਾ ਪਾਇਆ। ਇਸ ਬਾਰੇ ਉਹਨਾਂ ਨੇ ਸੇਲਸ ਟੈਕਸ ਡਿਪਾਰਟਮੈਂਟ ਦੇ ਗੁੜਗਾਓਂ ਅਤੇ ਦਿੱਲੀ ਅਤੇ ਚੰਡੀਗੜ੍ਹ ਜਾ ਕੇ ਵਿਸ਼ੇਸ਼ ਸਿਖਲਾਈ ਲਈ ਸੀ। ਉਹਨਾਂ ਨੂੰ ਚੈਂਬਰ ਆਫ ਇੰਡਸਟਰੀਜ਼ ਐਂਡ ਕਾਮਰਸ ਵੱਲੋਂ ਵਿਸ਼ੇਸ਼ ਸਨਮਾਨ ਵੀ ਮਿਲੇ ਅਤੇ ਵੈਟ ਦੀਆਂ ਗੁੰਝਲਾਂ ਲੋਕਾਂ ਨੂੰ ਸਮਝਾਉਣ ਲਈ ਉਹਨਾਂ ਤੋਂ ਵਿਸ਼ੇਸ਼ ਭਾਸ਼ਣ ਵੀ ਕਰਵਾਏ ਗਏ। ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਵੀ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਵੱਲੋਂ ਕੀਤੇ ਕਾਰਜਾਂ ਅਤੇ ਪਿੰਡ ਦੂੜੇ ਬਾਰੇ ਦੂਰਦਰਸ਼ਨ ਨੇ ਵਿਸ਼ੇਸ਼ ਪ੍ਰੋਗਰਾਮ ਵੀ ਬਣਾਇਆ। ਇਹ ਪ੍ਰੋਗਰਾਮ ਸਵੱਛ ਭਾਰਤ ਅਤੇ ਆਜਾ ਮੇਰਾ ਪਿੰਡ ਵੇਖ ਲੈ ਸਿਰਲੇਖਾਂ ਅਧੀਨ ਹੋਏ। ਕਰ ਅਤੇ ਆਬਕਾਰੀ ਕਮਿਸ਼ਨਰ ਹੁੰਦਿਆਂ ਉਹਨਾਂ ਨੇ ਜਲੰਧਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੁਸ਼ਿਆਰਪੁਰ ਸ਼ਹਿਰਾਂ ਵਿੱਚ ਪ੍ਰਸ਼ਾਸਕੀ ਸੇਵਾਵਾਂ ਨਿਭਾਈਆਂ ਅਤੇ ਆਪਣੀਆਂ ਸਰਗਰਮੀਆਂ ਨੂੰ ਸਮਾਜ ਸੇਵਾ ਨਾਲ ਜੋੜ ਕੇ ਭਰਪੂਰ ਨਾਮਣਾ ਖੱਟਿਆ। ਸਮਾਜ ਨੂੰ ਸੇਧ ਦੇਣ ਵਾਲੀ ਇਹ ਸ਼ਖਸੀਅਤ ਆਪਣੇ ਪਰਿਵਾਰ ਦੇ ਸੁਚੱਜੇ ਪਾਲਣ ਪੋਸ਼ਣ ਵਿੱਚ ਵੀ ਸਹਿਜ ਸਫਲਤਾਵਾਂ ਵਾਲੀ ਹੈ। ਉਹਨਾਂ ਦੀਆਂ ਦੋਵੇਂ ਸਪੁੱਤਰੀਆਂ ਰਜਿੰਦਰ ਕੌਰ ਅਤੇ ਸੁਰਿੰਦਰ ਕੌਰ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਪਰਿਵਾਰਕ ਜੀਵਨ ਵਿੱਚ ਖੁਸ਼ਕਿਸਮਤ ਰਹੀਆਂ ਨੇ। ਆਪਣੇ ਫਾਦਰ ਬਾਰੇ ਜਿੰਨਾ ਬੋਲਾਂ ਉਹ ਘੱਟ ਹੈ, ਕਿਉਂਕਿ ਸ਼ੁਰੂ ਤੋਂ ਹੀ ਅਸੀਂ ਘਰ ਵਿੱਚ ਸਭ ਤੋਂ ਵੱਡੇ, ਚਾਹੇ ਉਹ ਰਿਸ਼ਤੇਦਾਰਾਂ ਨਾਲ ਹੋਣ ਚਾਹੇ ਜਿੰਨਾ ਮਰਜ਼ੀ ਹੋਣ, ਉਹਨਾਂ ਨੇ
ਈਕੁਅਲੀ ਬਿਹੇਵ ਕੀਤਾ ਔਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਘਰ ਸ਼ਰਾਰਤੀ ਮੈਂ ਹੋਣੀ ਹੈ ਪਰ ਜਿੰਨੀ ਡਾਂਟ ਮੈਂ ਖਾਧੀ ਹੈ ਓਨਾ ਹੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਪਿਆਰ ਵੀ ਮਿਲਿਆ ਕਿਉਂਕਿ ਸ਼ਰਾਰਤ ਔਰ ਪਿਆਰ ਔਰ ਪੜ੍ਹਾਈ ਇਹ ਬੈਲੈਂਸ ਕਰਕੇ ਇਹਨਾਂ ਨੇ ਹੀ ਸਿਖਾਇਆ ਹੈ ਕਿ ਕਿਸ ਤਰ੍ਹਾਂ ਅੱਗੇ ਚੱਲਣਾ ਚਾਹੀਦਾ ਹੈ ਸਟੱਡੀਜ਼ ਦੇ ਵਿੱਚ ਜਾਣਾ ਔਰ ਐਕਸਟਰਾ ਐਕਟੀਵਿਟੀਜ਼ ਜਾਣਾ ਸਭ ਇਹਨਾਂ ਨੇ ਹੀ ਸਿਖਾਇਆ ਕਿਉਂਕਿ ਮੈਂ ਹੋਕੀ ਵੀ ਖੇਲੀ ਹਾਂ ਕੁਛ ਵੀ ਹੈ ਇਹਨਾਂ ਨੇ ਹਰ ਜਗ੍ਹਾ ਮੇਰਾ ਸਾਥ ਦਿੱਤਾ ਹੈ ਅਗਰ ਮੈਂ ਕਿਤੇ ਕੈਂਪ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੋਵੇ ਮੰਮੀ ਨੇ ਸ਼ਾਇਦ ਕਿਹਾ ਹੋਣਾ ਕਿ ਨਹੀਂ ਜਾਣਾ ਪਰ ਫਾਦਰ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ ਤੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਲੱਗਦਾ ਹੈ ਕਿ ਜੋ ਰੋਲ ਮਾਡਲ ਹੈ ਸਾਡੇ ਅੱਜ ਤੱਕ ਦੇ ਉਹ ਮੇਰੇ ਫਾਦਰ ਹੀ ਹੈ ਜੋ ਸਿੱਖਿਆ ਆ ਅੱਛੀ ਚੰਗੀਆਂ ਗੱਲਾਂ ਉਹ ਆਪਣੇ ਡੈਡੀ ਤੋਂ ਹੀ ਸਿੱਖਿਆ ਛੋਟੇ ਹੁੰਦਿਆਂ ਤੋਂ ਹੀ ਜਦੋਂ ਬਚਪਨ ਦੇ ਵਿੱਚ ਵੀ ਜਦੋਂ ਬਾਕੀਆਂ ਵੱਲ ਦੇਖਦੇ ਹੁੰਦੇ ਸੀ ਕਈ ਵਾਰੀ ਬਚਪਨ 'ਚ ਦੇਖਿਆ ਕਿ ਦੂਜਿਆਂ ਵੱਲ ਦੇਖ ਕੇ ਜਰਾ ਹੋ ਜਾਂਦਾ ਹੁੰਦਾ ਸੀਗਾ ਪਰ ਸਾਨੂੰ ਡੈਡੀ ਨੇ ਉਹੀ ਸਮਝਾਇਆ ਕਿ ਆਪਣੀ ਜਿੰਨੀ ਵੀ ਪੋਕਿਟ ਆ ਉਹਦੇ ਹਿਸਾਬ ਨਾਲ ਦੇਖਣਾ ਉਹਨਾਂ ਨੂੰ ਸਾਡੇ ਤਿੰਨਾਂ ਦੇ ਵਿੱਚੋਂ ਦਾ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਸੀਗਾ ਕਿ ਬੱਚੇ ਵੀ ਤਿੰਨੋਂ ਹੈ ਤਾਂ ਤਿੰਨਾਂ ਨੂੰ ਇੱਕੋ ਤਰ੍ਹਾਂ ਨਹੀਂ ਉਹਨਾਂ ਦੀ ਨੇਚਰ ਦੇ ਹਿਸਾਬ ਦੇ ਨਾਲ ਹੀ ਸਾਡੇ ਤੋਂ ਐਕਸਪੈਕਟੇਸ਼ਨ ਸੀਗੀਆਂ ਜਿਸ ਤਰ੍ਹਾਂ ਮੇਰੀ ਸਿਸਟਰ ਉਹਨੂੰ ਥੋੜ੍ਹਾ ਆਰਟ ਵਿੱਚ ਸ਼ੌਕ ਸੀ ਤਾਂ ਉਹਨੂੰ ਉਹਦੇ ਵਾਸਤੇ ਇਨਕਰੇਜ ਕਰਦੇ ਹੁੰਦੇ ਸੀ ਅਤੇ ਮੈਨੂੰ ਮੇਰੇ ਤੋਂ ਐਕਸਪੈਕਟ ਕਰਦੇ ਹੁੰਦੇ ਕਿ ਸਿਰਫ ਪੜ੍ਹੇ ਉਹਨਾਂ ਦੇ ਵੱਡੇ ਦਾਮਾਦ ਅਸ਼ਵਨੀ ਕੁਮਾਰ ਪੰਜਾਬ ਪੁਲਿਸ ਵਿੱਚ SP ਦੇ ਅਹੁਦੇ ਉੱਤੇ ਤਾਇਨਾਤ ਨੇ 95 ਤੋਂ ਮੈਂ ਇਸ ਪਰਿਵਾਰ ਦੇ ਨਾਲ ਜੁੜਿਆ ਹੋਇਆ 95 ਵਿੱਚ ਮੇਰੀ ਮੈਰਿਜ ਹੋਈ ਸੀ ਦੂੜੇ ਸਾਹਿਬ ਦੀ ਵੱਡੀ ਬੇਟੀ ਨਾਲ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਦੂੜੇ ਸਾਹਿਬ ਦੀ ਜੋ ਨੇਚਰ ਆ ਬਹੁਤ ਹੀ ਵਧੀਆ ਨੇਕ ਸੁਭਾਅ ਦੇ ਇਨਸਾਨ ਆ ਅੱਜ ਤੱਕ ਸਾਨੂੰ ਵੀ ਇਹਨਾਂ ਨੇ ਕਦੇ ਇਤਨਾ ਪਿਆਰ ਦਿੱਤਾ ਵੀ ਆਪਣੇ ਬੱਚਿਆਂ ਤੋਂ ਵੀ ਵੱਧ ਸਾਨੂੰ ਪਿਆਰ ਦਿੱਤਾ ਹੈਗਾ ਇਹਨਾਂ ਨੇ ਜਦਕਿ ਛੋਟੇ ਦਾਮਾਦ ਬਲਬੀਰ ਕੁਮਾਰ ਵਿਰਦੀ ਕਰ ਅਤੇ ਆਬਕਾਰੀ ਵਿਭਾਗ ਵਿੱਚ ਡਿਪਟੀ ਕਮਿਸ਼ਨਰ ਨੇ ਜਿੰਨਾ ਕੁ ਮੈਂ ਉਹਨਾਂ ਨੂੰ ਨੇੜੇ ਤੋਂ ਦੇਖਿਆ ਹੈ ਉਹ ਇਸ ਤਰ੍ਹਾਂ ਦਾ ਪਾਏ ਜਾਂਦੇ ਆ ਜਿਹੜੇ ਕਿ ਫੁੱਲ ਆਫ ਐਨਰਜੀ ਹੈ ਸਮਾਜਿਕ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹੈ ਔਰ ਸਮਾਜ ਨੂੰ ਨਵੀਂ ਸੇਧ ਦੇਣ ਦੇ ਮੰਤਵ ਦੇ ਨਾਲ ਆਪਣੇ ਕਾਰੇ ਕਰ ਰਹੇ ਹਨ ਆਬਕਾਰੀ ਅਤੇ ਕਰ ਵਿਭਾਗ ਦੇ ਵਿੱਚ ਸਰਵਿਸ ਦੌਰਾਨ ਵੀ ਇਹਨਾਂ ਨੇ ਪਹਿਲੇ PGST ਨਾਲ ਰਿਲੇਟਡ ਕਿਤਾਬ ਲਿਖੀ ਉਸ ਤੋਂ ਬਾਅਦ ਵੈਟ ਦੇ ਨਾਲ ਸੰਬੰਧਿਤ ਕਿਤਾਬ ਲਿਖੀ ਔਰ ਜਿੰਨੇ ਵੀ ਡਿਪਾਰਟਮੈਂਟ ਦੇ ਨਵੇਂ ਆਫਿਸਰਸ ਆਉਂਦੇ ਸਨ ਉਹਨਾਂ ਨੂੰ ਐਜ ਏ ਮਾਸਟਰ ਟ੍ਰੇਨਰ ਦੇ ਤੌਰ 'ਤੇ ਉਹਨਾਂ ਨੂੰ ਗਾਈਡ ਕਰਦੇ ਰਹੇ ਔਰ ਟ੍ਰੇਡ ਔਰ ਇੰਡਸਟਰੀ ਦੇ ਵਿੱਚ ਇਹਨਾਂ ਦੀ ਜਿਹੜੀ ਸਾਖ ਹੈ ਉਹ ਇੱਕ ਬਹੁਤ ਜ਼ਿਆਦਾ ਫਰੈਂਡਲੀ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਾਲੇ ਅਫਸਰ ਦੇ ਤੌਰ 'ਤੇ ਜਾਣੀ ਜਾਂਦੀ ਹੈ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਆਪਣੇ ਪਿੰਡ ਵਿੱਚ ਜਾ ਕੇ ਜੋ ਇੱਕ ਪਿੰਡ ਦੇ ਸੁਧਾਰ ਨਾਲ ਸੰਬੰਧਿਤ ਕੰਮ ਕੀਤੇ ਹਨ ਜਾਂ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਨਾਲ ਸੰਬੰਧਿਤ ਸੰਸਥਾ ਚਲਾ ਰਹੇ ਹਨ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੂੰ ਜਿਹਨਾਂ 'ਚ ਟੈਲੈਂਟ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਵੱਖ ਵੱਖ ਵਿਭਾਗਾਂ ਵਿੱਚ ਉਹਨਾਂ ਦੀ ਭਰਤੀ ਕਰਵਾਈ ਹੈ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੁਛ ਲੜਕੀਆਂ ਦੀ ਭਰਤੀ ਹੋਈ ਹੈ ਸੋ ਇਹ ਜਿਹੜੇ ਕੰਮ ਹੈ ਇਹ ਇਹਨਾਂ ਨੇ ਬਿਨਾਂ ਕਿਸੇ ਮੁਫਾਦ ਦੇ ਬਿਨਾਂ ਕਿਸੇ ਆਪਣੇ ਮੋਟਿਵ ਦੇ ਕੰਮ ਕੀਤਾ ਹੈ ਔਰ ਇਸ ਤਰ੍ਹਾਂ ਦਾ ਵਿਅਕਤੀਤਵ ਆਮ ਜੀਵਨ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਉਹਨਾਂ ਦੇ ਸਪੁੱਤਰ ਗੁਰਪ੍ਰੀਤ ਸਿੰਘ ਦੂੜੇ ਆਪਣੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਜਲੰਧਰ ਦੇ ਮਸ਼ਹੂਰ ਰੈਸਟੋਰਾਂ ਟਰਮੀਨਲ 37 ਦੇ ਕੁਸ਼ਲ ਸੰਚਾਲਕ ਨੇ ਮੈਂ ਇੰਨਾ ਹੀ ਕਹਿੰਦੀ ਹਾਂ ਕਿ ਪਾਪਾ ਬਹੁਤ ਹੀ ਅੱਛੇ ਇਨਸਾਨ ਆ ਬਾਏ ਹਾਰਟ ਕਦੀ ਉਹਨਾਂ ਨੇ ਮੈਨੂੰ ਇਹ ਫੀਲ ਨਹੀਂ ਕਿਹਾ ਕਿ ਮੈਂ ਉਹਨਾਂ ਦੀ ਡਾਟਰ ਨਾ ਹੋਇਆ ਹੀ ਟ੍ਰੀਟ ਮੀ ਲਾਈਕ ਐਨ ਆ ਥਰਡ ਡਾਟਰ ਐਂਡ ਔਰ ਬੀਂਗ ਉਹਨਾਂ ਨੇ ਮੈਨੂੰ ਇੰਨਾ ਅੱਛੀ ਤਰ੍ਹਾਂ ਘਰ ਦੇ ਵਿੱਚ ਰੱਖਿਆ ਹੈਗਾ ਆ ਐਂਡ ਸਭ ਕੁਛ ਸਮਝਾਉਂਦੇ ਵੀ ਹੈਗੇ ਆ ਅਗਰ ਅਸੀਂ ਕੋਈ ਗਲਤੀ ਕਰਦੇ ਹਾਂ ਤਾਂ ਬਹੁਤ ਪਿਆਰ ਨਾਲ ਸਾਨੂੰ ਦੱਸਦੇ ਆ ਕਿ ਬੇਟਾ ਤੁਸੀਂ ਇੱਥੇ ਗਲਤ ਹੋ ਯੂ ਸ਼ੁੱਡ ਡੂ ਦਿਸ ਥਿੰਗ ਬਹੁਤ ਅੱਛੀ ਤਰੀਕੇ ਨਾਲ ਉਹ ਸਾਰਿਆਂ ਨੂੰ ਹੈਂਡਲ ਕਰਦੇ ਆ ਪੂਰੀ ਫੈਮਲੀ ਨੂੰ ਲੈ ਕੇ ਅੱਗੇ ਚੱਲਦੇ ਆ ਆਪਣੀ ਧਰਮ ਪਤਨੀ ਸ਼੍ਰੀਮਤੀ ਬਲਬੀਰ ਕੌਰ ਅਤੇ ਸਪੁੱਤਰ ਸ਼੍ਰੀ ਗੁਰਪ੍ਰੀਤ ਸਿੰਘ ਦੂੜੇ ਨਾਲ ਜਲੰਧਰ ਵਿੱਚ ਰਹਿੰਦੇ ਸੁਰਜੀਤ ਸਿੰਘ ਦੂੜੇ ਉਹ ਖੁਸ਼ਕਿਸਮਤ ਵਿਅਕਤੀ ਨੇ ਜਿਹੜੇ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਸਰੋਤ ਨੇ ਪਰਿਵਾਰ ਦੇ ਜੀ ਉਹਨਾਂ ਨੂੰ ਆਪਣਾ ਮਸੀਹਾ ਮੰਨਦੇ ਨੇ 69 'ਚ ਸਾਡੀ ਮੈਰਿਜ ਹੋਈ ਉਦੋਂ ਮੇਰੇ ਹਸਬੈਂਡ ਸਟੱਡੀ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ MA ਕੀਤੀ ਪੜ੍ਹਾਈ ਜਾਰੀ ਰੱਖੀ ਅਤੇ ਮੈਂ ਇਹਨਾਂ ਦਾ ਪੂਰਾ ਸਾਥ ਦਿੱਤਾ ਹੈਲਪ ਕੀਤੀ ਇਹਨਾਂ ਦੀ ਬੱਚਿਆਂ ਨਾਲ ਵਧੀਆ ਵਰਤਾਵ ਹੁੰਦਾ ਹੈ ਮਤਲਬ ਜਿੱਥੇ ਡਾਂਟਣਾ ਹੋਵੇ ਉੱਥੇ ਡਾਂਟਦੇ ਵੀ ਆ ਹੁਣ ਤਾਂ ਮੈਰਿਜ ਹੋ ਗਈ ਉਹਨਾਂ ਦੀ ਸਾਰੇ ਬੱਚੇ ਆਪਣੀ ਜਗ੍ਹਾ ਸੈੱਟ ਹੈਗੇ ਆ ਬੇਟੀਆਂ ਦੋਨੇ ਮੈਰਿਡ ਹੈਗੀਆਂ ਆ ਬੇਟਾ ਛੋਟਾ ਆ
ਉਹ ਵੀ ਮੈਰਿਡ ਆ। ਆਦਮਪੁਰ ਵਿਧਾਨ ਸਭਾ ਹਲਕੇ ਤੋਂ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸਰਦਾਰ ਸੁਰਜੀਤ ਸਿੰਘ ਦੂੜੇ ਇਸ ਵੇਲੇ ਇੱਕ ਕਾਰੋਬਾਰੀ ਹੋਣ ਦੇ ਨਾਲ ਨਾਲ GST ਕੰਸਲਟੈਂਟ ਅਤੇ ਐਡਵਾਈਜ਼ਰ ਵੀ ਨੇ ਅਤੇ ST ਚੈਰੀਟੇਬਲ ਟਰੱਸਟ ਦੇ ਟਰੱਸਟੀ ਵੀ। ਇਹ ਟਰੱਸਟ ਦੁਰਗਾ ਮੰਦਿਰ ਵਿਖੇ ਬਿਰਧ ਆਸ਼ਰਮ ਅਤੇ ਹਸਪਤਾਲ ਦੀ ਦੇਖ ਰੇਖ ਕਰਦਾ ਹੈ। ਪੰਜਾਬੀ ਸੱਭਿਆਚਾਰਕ ਪਿੜ ਕਪੂਰਥਲਾ ਦੀ ਜਿੰਦ ਜਾਨ ਸਰਦਾਰ ਸੁਰਜੀਤ ਸਿੰਘ ਦੂੜੇ ਸੱਭਿਆਚਾਰ ਦੇ ਖੇਤਰ ਦੀ ਉੱਘੀ ਸ਼ਖਸੀਅਤ ਬਿਕਰਮਜੀਤ ਸਿੰਘ ਬਿੱਕੀ ਨਾਲ ਮਿਲ ਕੇ ਕਪੂਰਥਲਾ ਵਿੱਚ ਪਿਛਲੇ 20 ਸਾਲਾਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪੁੰਜ ਡਾਕਟਰ ਸਾਧੂ ਸਿੰਘ ਹਮਦਰਦ ਦੀ ਯਾਦ ਵਿੱਚ ਹਮਦਰਦ ਮੇਲਾ ਵੀ ਲਾਉਂਦੇ ਨੇ। ਇਸ ਮੇਲੇ ਵਿੱਚ ਹਰ ਸਾਲ ਇੱਕ ਅਜਿਹੇ ਪੰਜਾਬੀ ਗਾਇਕ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਨੇ ਪੰਜਾਬੀ ਸੱਭਿਆਚਾਰਕ ਕਦਰਾਂ ਕੀਮਤਾਂ ਅਨੁਸਾਰ ਆਪਣੀ ਗਾਇਕੀ ਦਾ ਮਿਆਰ ਵੀ ਬਣਾਈ ਰੱਖਿਆ ਹੋਵੇ। ਇਸ ਤਰ੍ਹਾਂ ਸੱਭਿਆਚਾਰਕ ਪਹਿਰਾਵੇ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਮੁਟਿਆਰ ਮੁਕਾਬਲੇ ਵੀ ਕਰਵਾਏ ਜਾਂਦੇ ਨੇ। ਤ੍ਰਿੰਜਣਾਂ, ਫੁਲਕਾਰੀਆਂ ਅਤੇ ਗਿੱਧੇ ਭੰਗੜੇ ਨਾਲ ਭਰਪੂਰ ਰੌਣਕਾਂ ਲਾਉਣ ਵਾਲੇ ਇਸ ਮੇਲੇ ਨੂੰ ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖੀ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੀ ਪੂਰੀ ਸਰਪ੍ਰਸਤੀ ਰਹਿੰਦੀ ਹੈ। ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ ਜੀਵਨ ਦੀ ਬਿਹਤਰੀ ਲਈ ਬੇਬਲ ਰਹਿਣ ਵਾਲੇ ਸੁਰਜੀਤ ਸਿੰਘ ਦੂੜੇ ਦੀ ਗਹਿਰੀ ਪਛਾਣ ਉਹਨਾਂ ਦੇ ਪਿੰਡ ਦੂੜੇ ਦੀ ਆਦਰਸ਼ ਤਸਵੀਰ ਨਾਲ ਜੁੜੀ ਹੋਈ ਹੈ। ਬਿਨਾਂ ਕਿਸੇ ਲੰਮੀ ਚੌੜੀ ਸਰਕਾਰੀ ਸਹਾਇਤਾ ਤੋਂ ਪਿੰਡ ਨੂੰ ਇੱਕ ਨਮੂਨੇ ਵਜੋਂ ਵਿਕਸਿਤ ਕਰਨਾ ਸੁਰਜੀਤ ਸਿੰਘ ਦੂੜੇ ਦੇ ਕਮਾਲਾਂ ਵਿੱਚ ਸ਼ਾਮਿਲ ਹੈ। ਆਪਣੇ ਅਸਰ ਰਸੂਖ ਨਾਲ ਦੇਸ਼ ਵਿਦੇਸ਼ ਵਿੱਚੋਂ 70 ਲੱਖ ਰੁਪਏ ਤੋਂ ਵੱਧ ਇਕੱਤਰ ਕਰਕੇ 2.5 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਨੂੰ ਪੱਕੇ ਕਰਨਾ, ਰੇਨ ਵਾਟਰ ਹਾਰਵੈਸਟਿੰਗ ਸਿਸਟਮ ਅਤੇ ਡਰੇਨੇਜ ਡੰਪਸ ਬਣਾਉਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਵੀ 70 ਲੱਖ ਰੁਪਈਆ ਮੈਂ NRI ਕੋਲੋਂ ਇਕੱਠਾ ਕਰਕੇ ਲਿਆ। 2 ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ, ਅਮੈਰੀਕਾ, ਦੈਨ ਕੈਨੇਡਾ, ਦੈਨ ਇਟਲੀ, ਇੰਗਲੈਂਡ, ਹੋਲੈਂਡ। ਜਦੋਂ ਮੈਂ ਹੋਲੈਂਡ 'ਚ ਗਿਆ ਤਾਂ ਮੈਂ ਉੱਥੇ ਦੇਖਿਆ ਵੀ ਇੱਕ ਪਿੰਡ ਵਿੱਚ ਮੈਨੂੰ ਇੱਕ ਬੋਕਸ ਲੱਗਿਆ ਨਜ਼ਰ ਆਇਆ। ਮੈਂ ਜਦੋਂ ਸੀਵਰੇਜ ਪ੍ਰਭਾਵਿਤ ਹੋਇਆ ਸੀ ਉਸ ਪਿੰਡ 'ਚੋਂ, ਪਿੰਡ 'ਚ ਜਦੋਂ ਸੀਵਰੇਜ ਬੋਕਸ ਦੇਖਿਆ ਮੈਂ, ਅਤੇ ਇਹ ਸੀਵਰੇਜ ਬੋਕਸ ਦੇਖ ਕੇ ਮੈਂ ਪ੍ਰਭਾਵਿਤ ਹੋਇਆ। ਇਹਦੇ ਵਿੱਚ ਇੱਕ ਇਹ ਸਿਫਤ ਆ ਵੀ ਇਹਦੇ ਵਿੱਚ ਫਿਰ ਪਾਣੀ ਫਿਲਟਰ ਹੋ ਕੇ ਹੀ ਸੀਵਰੇਜ ਵਿੱਚ ਜਾਂਦਾ। ਹਰ ਜਿੰਨੀਆਂ ਘਰਾਂ ਵਿੱਚ ਹੌਦੀਆਂ ਲੱਗੀਆਂ ਨੇ ਇਹਨਾਂ ਵਿੱਚ ਅਸੀਂ ਸੈਪਟਿਕ ਟੈਂਕ ਦਾ ਪਾਣੀ ਜਿਹੜਾ ਲਿਆ ਉਹ ਲਿਆ। ਹੌਦੀਆਂ ਦੇ ਵਿੱਚ ਸੈਪਟਿਕ ਟੈਂਕ ਦਾ ਪਾਣੀ ਪਲੱਸ ਬਾਥਰੂਮ ਦਾ ਪਾਣੀ ਪਲੱਸ ਕਿਚਨ ਦਾ ਪਾਣੀ, ਇਹ ਤਿੰਨ ਦਾ ਪਾਣੀ ਇਕੱਠਾ ਕਰਕੇ ਲਿਆ ਸੀ। ਚਾਹੇ ਸਾਨੂੰ ਇੱਕ ਤੋਂ ਵੱਧ ਹੌਦੀਆਂ ਵੀ ਪਿੰਡ 'ਚ ਕਈ ਘਰਾਂ ਦੇ ਵਿੱਚ ਲਾਉਣੀਆਂ ਪਈਆਂ। ਜਿਨ੍ਹਾਂ ਹੌਦੀਆਂ ਦੇ ਵਿੱਚ ਅਸੀਂ ਇਹ ਬਣਾਈਆਂ, ਇਹ ਫੁੱਟ ਬਾਏ ਫੁੱਟ ਦੀ ਹੌਦੀ, ਹਰ ਇੱਕ ਹੌਦੀ ਦੇ ਵਿੱਚ ਇਹ ਬੋਕਸ ਲੱਗਾ ਹੋਊਗਾ ਤਾਂ ਕਿ ਪਿੰਡ ਦੇ ਵਿੱਚ ਜਿੰਨਾ ਵੀ ਪਾਣੀ ਹੈ ਉਹ ਫਿਲਟਰ ਹੋ ਕੇ ਹੀ ਸੀਵਰੇਜ ਵਿੱਚ ਜਾਵੇ। ਹਰ ਕਨੈਕਸ਼ਨ 4 ਇੰਚ ਤੋਂ ਘੱਟ ਕਨੈਕਸ਼ਨ ਨਹੀਂ ਦਿੱਤਾ ਅਸੀਂ। 4 ਇੰਚ ਕਨੈਕਸ਼ਨ ਦੇਣ ਦਾ ਮਤਲਬ ਇਹ ਹੈ ਵੀ ਇਹ ਬੋਕਸ ਦੇ ਵਿੱਚ ਪਾਣੀ ਪਹਿਲਾਂ ਏਅਰ ਵਿੱਚ ਆਊਗਾ, ਫਿਰ ਏਅਰ ਵਿੱਚ ਆਊਗਾ, ਫਿਰ ਜਾ ਕੇ ਸੀਵਰੇਜ ਵਿੱਚ ਆਊਗਾ। ਜੇ ਕੋਈ ਗਲਤੀ ਕਰੇਗਾ ਤਾਂ ਉਹਦਾ ਹੀ ਪਾਣੀ ਬੰਦ ਹੋਊਗਾ ਅਤੇ ਸੀਵਰੇਜ ਜਿਹੜਾ ਹੋਊਗਾ ਉਹ ਚੱਲਦਾ ਰਹੂਗਾ। ਇਹ ਇਸ ਬੋਕਸ ਦੀ ਜਿਹੜੀ ਵਿਸ਼ੇਸ਼ਤਾ ਹੈ। ਸਾਰੇ ਪਿੰਡ ਵਿੱਚ ਸੂਰਜੀ ਊਰਜਾ ਨਾਲ ਜਗਣ ਵਾਲੀਆਂ ਲਾਈਟਾਂ ਲਾਉਣਾ, ਪਾਣੀ ਦੀ ਨਿਕਾਸੀ ਨੂੰ ਧਰਤੀ ਹੇਠ ਪਾਈਪਿੰਗ ਕਰਕੇ ਪਿੰਡ ਤੋਂ ਬਾਹਰ 8 ਕਿਲੋਮੀਟਰ ਤੱਕ ਲੈ ਕੇ ਜਾਣਾ ਅਤੇ NRI 1 ਸਕੀਮ ਰਾਹੀਂ 3 ਕਰੋੜ ਦੀ ਲਾਗਤ ਨਾਲ ਸੜਕਾਂ ਅਤੇ ਗਲੀਆਂ ਨੂੰ ਪੱਕੇ ਕਰਕੇ ਅੰਡਰਗਰਾਊਂਡ ਸੀਵਰੇਜ ਪਾਉਣਾ, ਕੂੜਾ ਕਰਕਟ ਸਾਂਭਣ ਲਈ ਵਿਸ਼ੇਸ਼ ਪ੍ਰਬੰਧ ਕਰਨਾ ਇਸ ਪਿੰਡ ਦੇ ਅਦੁੱਤੀ ਕਾਰਜਾਂ ਵਿੱਚ ਸ਼ਾਮਿਲ ਹੈ। ਵਿਲੇਜ ਡਿਵੈਲਪਮੈਂਟ ਕਮੇਟੀ ਦੇ ਚੇਅਰਮੈਨ ਵਜੋਂ ਦੂਰਅੰਦੇਸ਼ੀ ਵਿਖਾਉਂਦਿਆਂ ਉਹਨਾਂ ਨੇ ਹਰ ਕਾਰਜ ਨੂੰ ਵਿਸ਼ੇਸ਼ ਯੋਜਨਾਬੰਦੀ ਵਿੱਚ ਬੰਨਿਆ ਹੋਇਆ ਹੈ। ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਲਈ ਵਿਸ਼ੇਸ਼ ਸੇਵਾਵਾਂ ਨੇ। ਸੀਵਰੇਜ ਦੇ ਵਹਾਅ ਅਤੇ ਪ੍ਰਬੰਧਨ ਲਈ ਵਿਸ਼ੇਸ਼ ਹੌਦੀਆਂ, ਵਿਸ਼ੇਸ਼ ਸੰਕੇਤਾਂ ਦੀਆਂ ਧਾਰਨੀਆਂ, ਹਰ ਗਲੀ
अपने विशेष नंबर वाली अपनी पछाण बनाई रखती है। एक साफ सुथरे रोशन पिंड का अजिहा संकल्प, एक साफ सुथरी शख्सियत वाला रोशन दिमाग सुरजीत सिंह दूड़े ही तार सकता है। विलेज डिवेलपमेंट कमेटी के चेयरमैन सरदार सुरजीत सिंह जी दूड़े बहुत मिलनसार इंसान हैं, पिंड आते रहते हैं, सारा पिंड का विकास उन्होंने सहयोग न ही होया है। पिंड उन्होंने लड़कियों की ट्रेनिंग पुलिस वास्ते भी कराई है, वो भी 5-6 लड़कियां सिलेक्ट हुई हैं। सरदार सुरजीत सिंह जी दूड़े ने सारे पिंड के सहयोग के नाल पिंड का बहुत ज़्यादा विकास किया है। अपनी नौकरी तो बाद पिंड आ के दिन रात मेहनत करके सारे पिंड नूं नाल लै के सारे पिंड की कायाकल्प की है। सारे पिंड के सीवरेज का पानी वड्डे पाइपां राही पिंड तो लगभग 2 किलोमीटर बाहर बने ट्रीटमेंट प्लांट विच पहुँचता है। ये ट्रीटमेंट प्लांट लगभग 75 लाख रुपए की लागत नाल बनया है, जिस विच पंचायत ते प्रवासी भारतीयों का विशेष योगदान है। 3 पड़ावी प्रक्रिया राही सीवरेज के इस पानी नू साफ करके एक वड्डे तलाब विच भर लिया जाता है, जिथे फिर ये फसलों नू सप्लाई किया जाता है। इस नाल पानी की वेस्टेज भी नहीं हुंदी ते फसलों लई धरती भी जरखेज हुंदी है। इलाके नूं हरा भरा ते स्वच्छ रखण लई इत्थे 500 पौधे लाए गए ने। बरसात ते पानी दी हार्वेस्टिंग दा वक्खरा सिस्टम लाया गया है। अजेही दूरअंदेशी पिंड दूड़े ते इस दे नाल लगदी डॉक्टर अंबेडकर कलोनी दे लोकां लई इक वरदान है। इस कलोनी दे वासी इस दया दृष्टि बारे गल करदिआं अक्सर भावुक हो जाते ने। खूबसूरत कलोनी, सारिया गलिया तुसी वेख ही लईआं ने कि बहुत ही खूबसूरत तरीके नाल बनाईआं गईआं ने, और इत्थे भी पिंड की तरह सीवरेज बिल्कुल सहूलत दिती गई, पानी की सहूलत दिती गई। और ये जिहड़ी चीज़ है जी, मैं ये बारे जरूर कहना चाहूँगा कि जिहड़ा सीवरेज है ये मैं समझदा कि दूड़ा साहब की दूरअंदेशी का ही रिजल्ट है कि जो ये चीज़ बन सकी है। हाँ, साढ़े दूड़ा साहब ने जी बहुत सोहना काम किया साढ़े पिंड दे विच, धन्यवाद इन्हां दा। कर ते आबकारी विभाग के डिप्टी कमिश्नर के अहुदे तक पहुँच के सेवा मुक्त होया सरदार दूड़े पिंड विच एक नैशनल ट्रेनिंग अकैडमी भी चला रहे ने, जिथों सिखलाई प्राप्त करके लड़कियां चंडीगढ़ पुलिस, पंजाब पुलिस ते CRPF विच भर्ती होने के मौके प्राप्त कर चुकियां ने। मैं पिछले 1 साल तो इस अकैडमी में ज्वाइन किया है। साढ़े इतों मतलब कि सब इंस्पैक्टर वास्ते कुड़ियाँ 12 दिन गई सी, जो कि रिजल्ट बहुत वधिया आया। और नैक्सट 2 मंथ बाद जिदा कॉन्सटेबल दियाँ वैकेंसियाँ निकलियाँ, उन्होंने जिदा कि इतों 100% कुड़ियाँ जाऊगियाँ। और मेरा नाम कुलविंदर कौर है, मैं पिंड रंगपुर तो आई हाँ। इस NGO पिंड दूड़े विच सुरजीत सर दूड़े सानू बहुत वधिया ट्रेनिंग दे रहे हैं, और ट्रेनिंग के दौरान सानू कोई भी मुसीबत होंदी है, जब किसी भी चीज़ की लोड़ होंदी है तो वह सानू पूरी हैल्प करते हैं। मैं प्रियंका राणी, मैं पंजाब पुलिस सिलेक्ट हुई हाँ कॉन्सटेबल के तौर पर, तो मैं इतने मेरी इस कामयाबी पिछे नैशनल अकैडमी दूड़े का हथ है, इन्होंने मैं बहुत वाली ट्रेनिंग दिती। ये नैशनल अकैडमी जो कि सुरजीत सिंह दूड़े चला रहे हैं, इन्होंने सानू बहुत वधिया ट्रेनिंग दिती, इत्थे आए हैं, साडा हौसला अफजाई किया, तो मैं सब का बहुत बहुत थैंक यू करती हाँ। प्रशासन अजिहे प्रोजेक्टां विच लोकां दी भाईवाली ते पहलकदमी का हमेशा सत्कार करता है, तो इन्हां कारजां नूं नवीं पीढ़ी ते समाजिक संस्थावां लई प्रेरणा स्रोत मानदा होया अजिहे कारजां नूं उत्साहित करता है। इस दी गवाही पिंड वासियां दी हाजरी विच जलंधर दे डिप्टी कमिश्नर श्री वरिंदर कुमार वल्लों कीता गया दौरा भी दिंदा है। पिंड विच समागम रचा के समाज सेवी शख्सियतां नूं सन्मानित करना सुरजीत सिंह दूड़े दा एक होर हंबला है। इन्हां शख्सियतां तों आशीर्वाद लै के पिंड दे लोकां लई प्रेरणा दे भाव जगाउणा ते उन्हां नूं प्रेम भावी बिरतियां नाल भरपूर करते हुए समाज सेवा लई
ਤਿਆਰ ਕਰੀ ਰੱਖਣਾ ਦੂੜੇ ਸਾਹਿਬ ਦੇ ਆਸ਼ਿਆਂ ਵਿੱਚ ਸ਼ਾਮਿਲ ਹੈ। ਇਸੇ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਰਗੀਆਂ ਸ਼ਖਸੀਅਤਾਂ ਵੀ ਸਰਦਾਰ ਸੁਰਜੀਤ ਸਿੰਘ ਦੂੜੇ ਦੇ ਸਮਾਜ ਸੇਵੀ ਕਾਰਜਾਂ ਦੀਆਂ ਕਾਇਲ ਨੇ। ਸੁਰਜੀਤ ਸਿੰਘ ਦੂੜੇ ਬਹੁਤ ਹੀ ਵਧੀਆ ਇਨਸਾਨ ਆ, ਜਿਨ੍ਹਾਂ ਨੇ ਆਪਣੀ ਸਰਵਿਸ ਕਰਕੇ ਬਾਕੀ ਜਿਹੜਾ ਰਿਟਾਇਰਮੈਂਟ ਦਾ ਸਮਾਂ ਉਹਨਾਂ ਨੇ ਆਪਣੇ ਪਿੰਡ ਨੂੰ ਦਿੱਤਾ ਅਤੇ ਪਿੰਡ ਦੇ ਵਿੱਚ ਗੰਦੇ ਪਾਣੀਆਂ ਦਾ ਪ੍ਰਬੰਧ ਕਰਕੇ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਯੋਗਦਾਨ ਪਾਇਆ, ਉੱਥੇ ਦੂਸਰਿਆਂ ਵਾਸਤੇ ਵੀ ਉਹ ਪ੍ਰੇਰਨਾ ਸਰੋਤ ਬਣਿਆ। ਸੋ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਕਿ ਜਿਹੜਾ ਸਰਵਿਸ ਤੋਂ ਮਗਰੋਂ ਜਿੰਨੇ ਵੀ ਸਾਡੇ ਕੋਲ ਰਿਟਾਇਰਮੈਂਟ ਪੀਰੀਅਡ ਮਿਲਦਾ ਹੈ, ਜੇ ਅਸੀਂ ਉਹ ਸਾਰਿਆਂ ਨੂੰ ਸਮਾਜ ਸੇਵਾ ਵਾਸਤੇ ਇਸ ਤਰ੍ਹਾਂ ਅਰਪਣ ਕਰੀਏ ਤਾਂ ਬਹੁਤ ਵੱਡਾ ਸਾਡੇ ਪਿੰਡਾਂ ਦਾ ਸੁਧਾਰ ਹੋ ਸਕਦਾ ਅਤੇ ਬਹੁਤ ਕੁਛ ਜਿਹੜਾ ਜੀਵਨ ਵਿੱਚ ਸਿੱਖਿਆ ਹੋਇਆ ਤਜਰਬਾ ਉਹ ਲੁਕਾਈ ਦੇ ਕੰਮ ਆ ਸਕਦਾ। ਸਾਨੂੰ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਪਿੰਡਾਂ ਵੱਲ ਅਤੇ ਆਪਣੇ ਵਾਤਾਵਰਨ ਵੱਲ ਖਿਆਲ ਕਰਨਾ ਚਾਹੀਦਾ। ਜੋ ਨਗਰ ਦੇ ਵਿੱਚ ਬਹੁਤ ਹੀ ਯੂਨੀਕ, ਬਹੁਤ ਵਧੀਆ ਔਰ ਵੱਖਰਾ ਕਾਰਜ ਜਿਹੜੇ ਸੁਰਜੀਤ ਸਿੰਘ ਦੂੜੇ ਦੀ ਉੱਦਮ ਸਦਕਾ ਔਰ ਸਮੂਹ ਪੰਚਾਇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਵੱਡਾ ਵੱਡਮੁੱਲਾ ਸਹਿਯੋਗ ਸਦਕਾ, ਜੋ ਟ੍ਰੀਟਮੈਂਟ ਪਲਾਂਟ ਔਰ ਸਫਾਈ ਦਾ, ਲਾਈਟਾਂ ਦਾ, ਰੋਸ਼ਨੀ ਦਾ, ਜੋ ਵਾਤਾਵਰਨ ਦਾ, ਇਹ ਆਮ ਨਗਰਾਂ ਨੂੰ ਵੱਖਰਾ ਕਾਰਜ ਦੇਖਣ ਨੂੰ ਮਿਲ ਰਿਹਾ ਹੈ। ਇਹ ਗੁਰੂ ਦੀ ਕਿਰਪਾ ਦੇ ਨਾਲ ਜੇ ਇਸ ਤਰ੍ਹਾਂ ਦੇ ਸੋਚ ਦੂੜਾ ਸਾਹਿਬ ਵਰਗੀ ਹਰ ਇਨਸਾਨ ਦੀ ਹੋ ਜਾਵੇ ਤਾਂ ਪੰਜਾਬ ਵਿੱਚ ਹਰ ਨਗਰ ਐਸਾ ਸੁੰਦਰ ਬਣ ਸਕਦਾ ਹੈ। ਅਜਿਹੀ ਸਮਾਜ ਸੇਵੀ, ਸੂਖਮ ਭਾਵੀ ਅਤੇ ਸਨੇਹ ਭਰਪੂਰ ਵਿਅਕਤੀ ਲੰਮੀ ਘਾਲਣਾ ਅਤੇ ਸੰਘਰਸ਼ਾਂ ਦੀ ਉਪਜ ਹੋਣ ਦੇ ਨਾਲ ਨਾਲ ਕੁਦਰਤ ਅਤੇ ਸਮਾਜ ਦੇ ਸੰਗਮ ਦੀ ਉਹ ਸਹਿਜ ਸਫਲਤਾ ਹੁੰਦੇ ਨੇ ਜਿਨ੍ਹਾਂ ਉੱਤੇ ਜਿੰਨਾ ਮਾਣ ਕੀਤਾ ਜਾਵੇ ਉਨਾ ਹੀ ਥੋੜ੍ਹਾ ਹੁੰਦਾ ਹੈ।